ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MSW ਸਟੱਡੀ ਫੋਰ ਜੋਬ ਦੇ ਵਿੱਚ। ਜਿਵੇਂ ਕਿ ਆਪਾਂ ਇੱਕ ਰਾਤ ਇੱਕ ਸੀਰੀਜ਼ ਚਲਾਈ ਸੀ ਜੋ ETT ਦੇ ਸਿਲੇਬਸ ਨਾਲ ਰਿਲੇਟਡ ਸੀਗੀ। ਜਿਵੇਂ ਕਿ ਆਪਾਂ ਸਾਰੇ ਜਾਣਦੇ ਕਿ ਅੱਗੇ ਮਾਸਟਰ ਕੇਡਰ ਦਾ ਇਗਜ਼ਾਮ ਹੋਣ ਜਾ ਰਿਹਾ ਜੋ BEd ਅਤੇ ETT ਵਾਸਤੇ ਹੈ। ਸੋ ਅਸੀਂ ਰਾਤ ਉਸੇ ਦੇ ਸੰਬੰਧ ਦੇ ਵਿੱਚ ETT ਦੇ ਸਿਲੇਬਸ ਦੇ ਨਾਲ ਇੱਕ ਸੀਰੀਜ਼ ਚਲਾਈ ਸੀ ਜੋ ਹਿਸਟਰੀ ਦੇ ਕੁਸਚਨਾਂ ਦੇ ਨਾਲ ਆਪਾਂ ਲੱਗੀ ਸੀਗੀ ਕਿ ਤੁਹਾਡੇ ਸਿਲੇਬਸ ਦੇ ਅਨੁਸਾਰ ਹਿਸਟਰੀ ਦੇ ਸਿਲੇਬਸ ਦੇ ਅਨੁਸਾਰ ਰਾਤ ਇੱਕ ਅਸੀਂ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਤੁਹਾਡਾ ਇੱਕ ਟੋਪਿਕ ਸੀਗਾ ਕੁਦਰਤੀ ਬਨਸਪਤੀ ਜੀਵ ਜੰਤੂ ਅਤੇ ਮਿੱਟੀ ਬਾਰੇ। ਰਾਤ ਆਪਾਂ ਡਿਸਕਸ ਕੀਤਾ ਸੀਗਾ ਕੁਦਰਤੀ ਬਨਸਪਤੀ ਦੀ ਬਾਰੇ। ਸੋ ਆਪਾਂ ਅੱਜ ਗੱਲ ਕਰਾਂਗੇ ਜੀਵ ਜੰਤੂਆਂ ਦੀ। ਸੋ ਤੁਹਾਡਾ ਜਿਹੜਾ ਨੈਕਸਟ ਟੋਪਿਕ ਹੋਵੇਗਾ ਜੋ ਜੀਵ ਜੰਤੂਆਂ ਦੇ ਨਾਲ ਹੋਵੇਗਾ, ਟੋਪਿਕ ਇਹ ਇੱਕੋ ਹੀ ਹੈ ਪਰ ਇਸ ਨੂੰ ਅਸੀਂ 3 ਯੂਨਿਟਾਂ ਦੇ ਵਿੱਚ ਵੰਡਿਆ ਹੋਇਆ ਕਿਉਂਕਿ ਜੇਕਰ ਆਪਾਂ ਇੱਕ ਵਾਰ ਦੀ ਗੱਲ ਕਰਦੇ ਤਾਂ ਇੱਕ ਵਾਰ ਦੇ ਨਾਲ ਇਹ ਸਮਝ ਦੇ ਵਿੱਚ ਨਹੀਂ ਆਉਂਦੇ ਅਤੇ ਟੋਪਿਕ ਵੀ ਜ਼ਿਆਦਾ ਲੈਂਥੀ ਹੋ ਜਾਂਦਾ, ਵੱਡਾ ਹੋ ਜਾਂਦਾ ਜਿਹਦੇ ਕਰਕੇ ਸੁਣਨ ਦੇ ਵਿੱਚ ਵੀ ਵਧੀਆ ਨਹੀਂ ਲੱਗਦਾ। ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ 10 ਤੋਂ ਲੈ ਕੇ 15 ਮਿੰਟਾਂ ਦੇ ਵਿੱਚ ਇੱਕ ਟੋਪਿਕ ਜਿਹੜਾ ਨਿਬੇੜਿਆ ਜਾਵੇ, ਖਤਮ ਕੀਤਾ ਜਾਵੇ ਅਤੇ ਪੂਰਾ ਰੋਚਕ ਹੋਵੇ। ਸੋ ਆਓ ਗੱਲ ਕਰਦੇ ਹਾਂ ਆਪਣੇ ਟੋਪਿਕ ਦੀ। ਜਿਵੇਂ ਕਿ ਆਪਾਂ ਰਾਤ ਪੜ੍ਹਿਆ ਸੀ ਕੁਦਰਤੀ ਬਨਸਪਤੀ ਬਾਰੇ, ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੁਦਰਤੀ ਬਨਸਪਤੀ ਕੀ ਹੁੰਦੀ। ਜਿਵੇਂ ਤੁਹਾਨੂੰ ਰਾਤ ਵੀ ਦੱਸਿਆ ਸੀਗਾ ਕਿ ਉਹ ਬਨਸਪਤੀ ਜੋ ਮਨੁੱਖ ਦੀ ਦਖਲ ਅੰਦਾਜ਼ੀ ਤੋਂ ਬਿਨਾਂ ਉੱਗਦੀ ਹੈ ਉਸੇ ਨੂੰ ਕੀ ਕਿਹਾ ਜਾਂਦਾ, ਕੁਦਰਤੀ ਬਨਸਪਤੀ ਕਿਹਾ ਜਾਂਦਾ। ਸੋ ਅੱਜ ਆਪਾਂ ਗੱਲ ਕਰ ਰਹੇ ਜੀਵ ਜੰਤੂਆਂ ਦੀ। ਜੀਵ ਜੰਤੂ ਉਹ ਪ੍ਰਜਾਤੀ ਜਿਹੜੀ ਜੰਗਲਾਂ ਦੇ ਵਿੱਚ ਰਹਿੰਦੇ ਨੇ। ਹੁਣ ਜੀਵ ਜੰਤੂ ਕਿਹੜੇ ਹੋ ਗਏ? ਜੀਵ ਜੰਤੂਆਂ ਦੇ ਵਿੱਚ ਜਿਵੇਂ ਜੰਗਲੀ ਜਾਨਵਰ ਹੋ ਗਏ, ਸ਼ੇਰ, ਚਿੱਤੇ, ਊਠ, ਹਾਥੀ, ਜੰਗਲੀ ਆਪਾਂ ਕਹਿ ਸਕਦੇ ਮੱਝਾਂ ਹੋ ਗਈਆਂ, ਜਾਂ ਹੋ ਗਏ ਇੱਕ ਸਿੰਗ ਵਾਲੇ ਗੈਂਡੇ ਹੋ ਗਏ, ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰਜਾਤੀਆਂ ਜਿਵੇਂ ਹਿਰਨ ਹੋ ਗਏ, ਜੰਗਲੀ ਭੇਡ ਬੱਕਰੀਆਂ ਹੋ ਗਈਆਂ, ਉਹ ਸਾਰੇ ਜੀਵ ਜੰਤੂ ਜਿਹੜੇ ਜੰਗਲੀ ਹੁੰਦੇ ਨੇ। ਸੋ ਇਸ ਤੋਂ ਇਲਾਵਾ ਜਿਵੇਂ ਆਪਾਂ ਦੇਖ ਸਕਦੇ ਕਿ ਭਾਰਤ ਦੇ ਵਿੱਚ ਜੰਗਲਾਂ ਤੋਂ ਇਲਾਵਾ ਜੀਵ ਜੰਤੂਆਂ ਦੀਆਂ ਕਈ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਹਨਾਂ ਦਾ ਆਪਸ ਦੇ ਵਿੱਚ ਬਹੁਤ ਗੂੜਾ ਸੰਬੰਧ ਹੈ। ਹੁਣ ਦੇਖੋ ਇੱਥੇ ਗੱਲ ਨੋਟ ਕਰਨ ਵਾਲੀ ਇਹ ਕਿ ਜੰਗਲੀ ਜੀਵਾਂ ਅਤੇ ਜੰਗਲਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ। ਜਿਵੇਂ ਆਪਾਂ ਰਾਤ ਗੱਲ ਕੀਤੀ ਸੀ ਕਿ ਜਿਹੜੇ ਜੰਗਲ ਨੇਗੇ ਉਹ ਆਪਣੇ ਬਹੁਤ ਜ਼ਿਆਦਾ ਕੰਮ ਆਉਂਦੇ ਨੇ, ਉਹ ਤੁਹਾਨੂੰ ਰਾਤ ਦੱਸ ਦਿੱਤਾ ਸੀ। ਉਸੇ ਤਰ੍ਹਾਂ ਜਿਹੜੇ ਜੀਵ ਜੰਤੂ ਨੇਗੇ ਜੰਗਲੀ ਜਾਨਵਰ ਨੇ ਉਹ ਵੀ ਸਾਡੇ ਵਾਸਤੇ ਕੀ ਨੇ, ਬਹੁਤ ਜ਼ਿਆਦਾ ਕੰਮ ਆਉਂਦੇ ਨੇ। ਹੁਣ ਜਿਵੇਂ ਆਪਾਂ ਦੇਖੀਏ ਆਪਣੇ ਘਰਾਂ ਦੇ ਵਿੱਚ ਆਪਾਂ ਕਿਹੜੇ ਕਿਹੜੇ ਜੀਵ ਜੰਤੂ ਪਾਲਦੇ ਹਾਂ, ਕੁੱਤਾ ਹੋ ਗਿਆ, ਜਾਂ ਜਿਹੜੇ ਮੱਝਾਂ ਗਾਵਾਂ ਰੱਖਦੇ ਨੇ ਉਹ ਵੀ, ਜਾਂ ਵੱਧ ਤੋਂ ਵੱਧ ਕਿਸੇ ਦੇ ਘਰਾਂ ਦੇ ਵਿੱਚ ਕੀ ਹੁੰਦਾ ਘੋੜੇ ਹੁੰਦੇ ਨੇ, ਇਹ ਸਾਰੇ ਕੀ ਹੁੰਦੇ ਨੇ, ਇਹ ਆਪਣੇ ਘਰੇਲੂ ਜਾਨਵਰ ਹੋ ਗਏ, ਹੁੰਦੇ ਤਾਂ ਇਹ ਵੀ ਉਹਨਾਂ ਦੀ ਤਰ੍ਹਾਂ ਹੀ ਨੇਗੇ, ਹੁਣ ਹੋ ਗਏ ਇਹ ਵੀ ਜੀਵ ਜੰਤੂ, ਉਹ ਚੀਜ਼ਾਂ ਇਹ ਵੀ ਆਪਣੇ ਕੀ ਆਉਂਦੇ ਨੇ, ਕੰਮ ਆਉਂਦੇ ਨੇ। ਉਸੇ ਤਰ੍ਹਾਂ ਜੇਕਰ ਆਪਾਂ ਮੰਨੀਏ ਜਿਹੜੇ ਜੰਗਲੀ ਜੀਵ ਜੰਤੂ ਨੇਗੇ ਜਿਵੇਂ ਭੇਡਾਂ ਬੱਕਰੀਆਂ ਹੋਗੀਆਂ, ਉਹਨਾਂ ਤੋਂ ਕੀ ਮਿਲਦੀ ਹੈ ਆਪਾਂ ਨੂੰ? ਉੱਨ ਮਿਲਦੀ ਹੈ। ਜਿਹੜੇ ਮੱਝਾਂ ਹੋ ਗਈਆਂ ਉਹਨਾਂ ਤੋਂ ਆਪਾਂ ਨੂੰ ਕੀ ਮਿਲਦਾ? ਦੁੱਧ ਮਿਲਦਾ, ਕਿਉਂਕਿ ਜੰਗਲ ਤੋਂ ਇਲਾਵਾ ਜਦੋਂ ਘਰਾਂ ਦੇ ਵਿੱਚ ਆਏ ਨੇ ਉਹ ਕੀ ਹੋ ਜਾਂਦੇ ਨੇ? ਪਾਲਤੂ ਜਾਨਵਰ ਹੋ ਜਾਂਦੇ ਨੇ ਨਾ, ਉਹ ਉਸੇ ਦੀ ਗੱਲ ਕਰ ਰਹੇ ਆਪਾਂ। ਹੁਣ ਦੇਖੋ ਜੇਕਰ ਆਪਾਂ ਗੱਲ ਕਰੀਏ ਕਿਸਮਾਂ ਦੀ, ਤਾਂ 76,000 ਦੇ ਲਗਭਗ ਪ੍ਰਜਾਤੀਆਂ ਨੇ ਜੋ ਜੰਗਲੀ ਜਾਨਵਰਾਂ ਦੀਆਂ ਪਾਈਆਂ ਜਾਂਦੀਆਂ ਨੇ। 76,000 ਦੇ ਲਗਭਗ ਪ੍ਰਜਾਤੀਆਂ ਨੇ ਜੰਗਲੀ ਜੀਵ ਜੰਤੂਆਂ ਦੀਆਂ। ਇਸ ਤੋਂ ਇਲਾਵਾ ਜਿਹੜੇ ਪੰਛੀ ਨੇ ਉਹ 2000 ਕਿਸਮਾਂ ਨੇ ਪੰਛੀ ਉੱਡਣ ਵਾਲੇ, ਇਹਨਾਂ ਦੀ ਕਿਸਮਾਂ 2000 ਨੇ। ਅਤੇ ਗੱਲ ਕਰੀਏ ਜੇਕਰ ਆਪਾਂ ਮੱਛੀ ਦੀ, ਤਾਂ ਇਸ ਦੇ ਵਿੱਚ ਕਿੰਨੇ ਨੇ? 2500 ਕਿਸਮਾਂ ਨੇ ਜਿਹੜੀਆਂ ਮੱਛੀ ਦੀਆਂ ਪਾਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਸੱਪ ਦੀਆਂ 400 ਕਿਸਮਾਂ ਨੇਗੀਆਂ ਅਲੱਗ ਅਲੱਗ। ਇਹ ਤੁਹਾਨੂੰ ਜਿਵੇਂ ਆਪਾਂ ਗੱਲ ਕਰ ਰਹੇ ਕਿ ਪੇਪਰ ਦੇ ਵਿੱਚ ਤੁਹਾਨੂੰ ਜਿਵੇਂ ਕੁਸਚਨ ਆ ਗਿਆ ਹੈ ਨਾ ਵੀ ਸੱਪ ਦੀ ਕਿੰਨੀ ਪ੍ਰਜਾਤੀਆਂ ਨੇ ਜਾਂ ਮੱਛੀ ਦੀ ਕਿੰਨੀ ਪ੍ਰਜਾਤੀਆਂ ਨੇ, ਉਹ ਪ੍ਰਜਾਤੀਆਂ ਤੁਹਾਨੂੰ ਅਲੱਗ ਅਲੱਗ ਕਰਨੀਆਂ ਪੈਣਗੀਆਂ, ਪਰ ਇਹ ਕਿਸਮਾਂ ਦੀ ਗੱਲ ਕਰ ਰਹੇ ਇੱਥੇ ਆਪਾਂ। ਜਿਵੇਂ ਪੰਛੀਆਂ ਦੀ ਕਿੰਨੀ ਹੋ ਗਈ 2000, ਮੱਛੀ ਦੀ ਕਿੰਨੀ ਹੋ ਗਈ 25, ਸੱਪ ਦੀ ਕਿੰਨੀ ਹੋ ਗਈ 400। ਠੀਕ ਹੈ ਜੀ, ਗੱਲ ਕਲੀਅਰ ਹੈ। ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹੁਣ ਆਪਾਂ ਪ੍ਰਜਾਤੀਆਂ ਸੋਰੀ ਇਹਦੀ ਗੱਲ ਕਰਾਂਗੇ, ਪ੍ਰਜਾਤੀਆਂ ਦੀ ਵੀ ਹੋ ਜੂਗੀ ਅਤੇ ਜਾਨਵਰਾਂ ਦੀ ਵੀ ਗੱਲ ਕਰਾਂਗੇ ਅਤੇ ਏਰੀਏ ਦੀ ਵੀ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਜਾਨਵਰ ਕਿਹੜੇ ਕਿਹੜੇ ਏਰੀਏ ਦੇ ਵਿੱਚ ਅਤੇ ਕਿਹੜੇ ਕਿਹੜੇ ਜੰਗਲਾਂ ਦੇ ਵਿੱਚ ਮਿਲਦੇ ਨੇ। ਜਿਵੇਂ ਰਾਤ ਉਹੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਟੋਪਿਕ ਤਾਂ ਦੇਖੋ ਤੁਹਾਨੂੰ ਸੇਮ ਜਿਹਾ ਹੀ ਲੱਗੂਗਾ, ਪਰ ਅੱਜ ਆਪਾਂ ਗੱਲ ਕਰ ਰਹੇ ਹਾਂ ਸਿਰਫ ਜਾਨਵਰਾਂ ਦੀ, ਕਿਹੜੇ ਏਰੀਏ ਦੇ ਵਿੱਚ ਆਪਾਂ ਨੂੰ ਕਿਹੜੇ ਜਾਨਵਰ ਮਿਲਦੇ ਨੇ। ਠੀਕ ਹੈ ਜੀ, ਸੋ ਆਓ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਾਥੀ ਦੀ, ਐਲੀਫੈਂਟ ਦੀ। ਇਹ ਭੂ ਮੱਧ ਰੇਖੀ ਊਸ਼ਣ ਨਮੀ ਵਾਲੇ ਖੇਤਰਾਂ ਵਿੱਚ ਮਿਲਦੇ ਹਨ, ਭੂ ਮੱਧ ਰੇਖੀ। ਹੁਣ ਇੱਥੇ ਗੱਲ ਨੂੰ ਸਮਝੋ, ਜੋ ਭੂ ਮੱਧ ਰੇਖਾ ਦੇ ਕੋਲ ਜਿਹੜੇ ਖੇਤਰ ਨੇਗੇ, ਭੂ ਮੱਧ ਰੇਖਾ ਕਿਹੜੀ ਹੈ? ਜਿਹੜੀ ਆਪਣੀ ਆਪਾਂ ਕਹਿ ਰਹੇ ਹਾਂ ਇੰਡੀਆ ਦੇ
ਬਚਾਲ ਦੀ ਲੰਘਦੀ ਹੈਗੀ ਜਾਂ ਜਿਹੜੀ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈ। ਠੀਕ ਹੈ ਜੀ, ਉਸ ਚੀਜ਼ ਨੂੰ ਕੀ ਕਹਿੰਦੇ ਨੇ ਭੂ ਮੱਧ ਰੇਖਾ। ਉਸ ਖੇਤਰਾਂ ਦੇ ਵਿੱਚ ਮਿਲਦੇ ਨੇ ਇਹ, ਉਸ ਖੇਤਰ ਦੇ ਵਿੱਚ। ਅਤੇ ਆਪਾਂ ਜੇਕਰ ਸਥਾਨ ਦੀ ਗੱਲ ਕਰੀਏ ਤਾਂ ਆਸਾਮ, ਕੇਰਲ, ਕਰਨਾਟਕ, ਆਸਾਮ, ਕੇਰਲ, ਕਰਨਾਟਕ, ਇੱਥੇ ਕੀ ਹੁੰਦੀ ਹੈ, ਵਰਖਾ ਬਹੁਤ ਜ਼ਿਆਦਾ ਹੁੰਦੀ ਹੈ। ਆਸਾਮ ਦੀ ਦੇਖੋ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਨਹੀਂ, ਆਸਾਮ ਦੇ ਵਿੱਚ ਚਾਹ ਦੀ ਖੇਤੀ ਹੁੰਦੀ ਹੈ, ਤਾਂ ਚਾਹ ਦੀ ਖੇਤੀ ਕਿੱਥੇ ਹੁੰਦੀ, ਪਹਾੜੀ ਏਰੀਏ ਦੇ ਵਿੱਚ, ਕਿਉਂਕਿ ਉੱਥੇ ਕੀ ਹੁੰਦੀ ਹੈ, ਵਰਖਾ ਸਭ ਤੋਂ ਜ਼ਿਆਦਾ ਹੁੰਦੀ ਹੈ। ਆਪਾਂ 6ਵੀਂ ਕਲਾਸ ਤੋਂ ਪੜ੍ਹਦੇ ਆ ਰਹੇ ਨੇ ਇਹ ਗੱਲਾਂ, ਉੱਥੇ ਵਰਖਾ ਸਭ ਤੋਂ ਜ਼ਿਆਦਾ ਹੁੰਦੀ ਹੈ। ਅਤੇ ਜਿਹੜੇ ਜੰਗਲ ਨੇ ਸਾਰਾ ਸਾਲ ਕੀ ਰਹਿੰਦੇ ਨੇ, ਹਰੇ ਭਰੇ ਰਹਿੰਦੇ ਨੇ। ਇਹ ਸ਼ਾਕਾਹਾਰੀ ਜਾਨਵਰ ਹੈ, ਮਾਸ ਆਪਾਂ ਕਹਿ ਸਕਦੇ ਹਾਂ, ਮਾਸ ਨਹੀਂ ਖਾਣ ਵਾਲਾ, ਸ਼ਾਕਾਹਾਰੀ ਜਾਨਵਰ ਹੈ। ਵਰਖਾ ਜ਼ਿਆਦਾ ਹੋਣ ਦੇ ਕਾਰਨ ਸਾਰਾ ਸਾਲ ਕੀ ਰਹਿੰਦੇ ਨੇ, ਜੰਗਲ ਹਰੇ ਭਰੇ ਰਹਿੰਦੇ ਨੇ, ਤਾਂ ਕਰਕੇ ਕੀ ਇਹ ਹਾਥੀ ਜਿਹੜਾ ਉਹਨਾਂ ਏਰੀਏ ਦੇ ਵਿੱਚ ਪਾਇਆ ਜਾਂਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਇੱਕ ਸਿੰਗ ਵਾਲਾ ਗੈਂਡਾ। ਇੱਕ ਸਿੰਗ ਵਾਲਾ ਗੈਂਡਾ ਇਹ ਡੈਲਟਾਈ ਖੇਤਰਾਂ ਦੇ ਵਿੱਚ ਮਿਲਦੇ। ਦੇਖੋ ਜੀ, ਆਪਾਂ ਰਾਤ ਗੱਲ ਕੀਤੀ ਸੀ ਡੈਲਟਾਈ ਖੇਤਰ, ਡੈਲਟਾਈ ਖੇਤਰ ਕਿਹੜੇ ਹੁੰਦੇ ਨੇ, ਜਿਨ੍ਹਾਂ ਨਦੀਆਂ ਦੇ ਵਿੱਚ ਡੈਲਟਾ ਆਉਂਦਾ ਹੈ, ਜਿਨ੍ਹਾਂ ਨਦੀਆਂ ਦੇ ਵਿੱਚ ਡੈਲਟਾ ਆਉਂਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ, ਡੈਲਟਾਈ ਖੇਤਰ ਕਿਹਾ ਜਾਂਦਾ। ਅਤੇ ਸਥਾਨ ਕਿਹੜੇ ਕਿਹੜੇ ਨੇ, ਪੱਛਮੀ ਬੰਗਾਲ, ਆਸਾਮ ਦੇ ਉੱਤਰੀ ਦਲਦਲ ਖੇਤਰਾਂ ਵਿੱਚ। ਇਹ ਜਿਹੜੇ ਇੱਕ ਸਿੰਗ ਵਾਲਾ ਗੈਂਡਾ ਨੇ, ਇਹ ਦਲਦਲੀ ਖੇਤਰਾਂ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ, ਦਲਦਲੀ ਖੇਤਰਾਂ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦਾ। ਨੈਕਸਟ, ਹੁਣ ਜੇਕਰ ਆਪਾਂ ਦੂਸਰੀ ਗੱਲ ਕਰੀਏ, ਸ਼ਿਕਾਰੀ ਜੰਤੂ, ਇਹ ਤਾਂ ਕਿਹੜੇ ਸੀ ਆਪਣੇ, ਸ਼ਾਕਾਹਾਰੀ ਹੋ ਗਏ। ਦੇਖੋ ਹੁਣ ਇੱਥੇ ਆਪਾਂ ਗੱਲ ਕਰ ਰਹੇ ਸ਼ਿਕਾਰੀ ਜੰਤੂ, ਸ਼ਿਕਾਰੀ ਕਿਹੜੇ, ਜਿਹੜੇ ਦੂਸਰੇ ਜਾਨਵਰਾਂ ਦਾ ਸ਼ਿਕਾਰ ਕਰਦੇ ਨੇ, ਉਹਨਾਂ ਦੇ ਵਿੱਚ ਕਿਹੜਾ ਆ ਗਿਆ ਸਭ ਤੋਂ ਫਸਟ ਨੰਬਰ 'ਤੇ, ਸ਼ੇਰ। ਸ਼ੇਰ ਆ ਜਿਹੜਾ ਅਫਰੀਕਾ ਤੋਂ ਇਲਾਵਾ ਭਾਰਤ ਦੇ ਵਿੱਚ ਵੀ ਪਾਇਆ ਜਾਂਦਾ ਹੈ, ਅਫਰੀਕਾ ਦੇ ਵਿੱਚ ਜੰਗਲ ਨੇ ਨਹੀਂ, ਅਫਰੀਕਾ ਤੋਂ ਇਲਾਵਾ ਭਾਰਤ ਦੇ ਵਿੱਚ ਵੀ ਕੀ ਹੁੰਦਾ, ਸ਼ੇਰ ਆ ਜਿਹੜਾ ਪਾਇਆ ਜਾਂਦਾ ਹੈ। ਨੈਕਸਟ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਊਠ ਅਤੇ ਗਧੇ ਦੀ। ਊਠ ਦੇਖੋ ਜਿਹੜਾ ਉਹ ਰਾਜਸਥਾਨ ਦੇ ਵਿੱਚ ਜ਼ਿਆਦਾਤਰ ਪਾਇਆ ਜਾਂਦਾ ਹੈਗਾ, ਤੁਹਾਨੂੰ ਰਾਤ ਵੀ ਦੱਸਿਆ ਸੀਗਾ। ਊਠ ਅਤੇ ਗਧਾ ਜਿਹੜਾ ਮਾਰੂਥਲ ਖੇਤਰਾਂ ਦੇ ਵਿੱਚ ਜ਼ਿਆਦਾ ਮਿਲਦੇ ਨੇ, ਮਾਰੂਥਲ ਏਰੀਏ ਜਿੱਥੇ ਪਾਣੀ ਦੀ ਕਮੀ ਹੁੰਦੀ ਹੈ, ਕਿਉਂਕਿ ਊਠ ਕੀ ਹੈ, ਪਾਣੀ ਤੋਂ ਬਿਨਾਂ ਦੋ ਦੋ ਹਫ਼ਤੇ ਰਹਿ ਸਕਦਾ ਨਾ, ਉਸ ਦੇ ਨਾਲ ਹੀ ਜਿਹੜਾ ਊਠ ਅਤੇ ਗਧਾ ਮਾਰੂਥਲ ਖੇਤਰਾਂ ਦੇ ਵਿੱਚ ਮਿਲਦੇ ਨੇ। ਪਰ ਜੇਕਰ ਆਪਾਂ ਗੱਲ ਕਰੀਏ ਜਿਹੜਾ ਗਧਾ ਹੈ ਉਹ ਕੇਵਲ ਰਾਣਾ ਆਫ ਕੱਛ ਜਾਂ ਕੱਛ ਦੇ ਖੇਤਰਾਂ ਦੇ ਵਿੱਚ ਹੀ ਮਿਲਦਾ ਹੈ, ਜਿਹੜਾ ਗਧਾ ਹੈ ਕੱਛ ਦੇ ਖੇਤਰਾਂ ਦੇ ਵਿੱਚ ਹੀ ਜ਼ਿਆਦਾਤਰ ਪਾਇਆ ਜਾਂਦਾ ਹੈ। ਨੈਕਸਟ, ਉਸ ਤੋਂ ਇਲਾਵਾ ਆ ਗਿਆ ਬੰਗਾਲੀ ਸ਼ੇਰ, ਜੇ ਬੰਗਾਲ ਦਾ ਸ਼ੇਰ, ਬੰਗਾਲੀ ਸ਼ੇਰ ਜਿਹੜੇ ਬੰਗਾਲ ਦੇ ਵਿੱਚ ਜ਼ਿਆਦਾ ਪਾਏ ਜਾਂਦੇ ਨੇ, ਗੰਗਾ ਦੇ ਡੈਲਟਾਈ ਖੇਤਰਾਂ ਵਿੱਚ। ਦੇਖੋ ਜੀ, ਆਪਾਂ ਪਿੱਛੇ ਵੀ ਗੱਲ ਕਰ ਚੁੱਕੇ ਹਾਂ, ਉੱਥੇ ਆਪਾਂ ਗੱਲ ਕੀਤੀ ਸੀ ਇੱਕ ਸਿੰਗ ਵਾਲੇ ਗੈਂਡੇ ਦੀ, ਜਿਹੜੇ ਡੈਲਟਾਈ ਖੇਤਰਾਂ ਦੇ ਵਿੱਚ ਮਿਲਦੇ ਨੇ, ਉਸੇ ਤਰ੍ਹਾਂ ਕੀ ਹੋ ਗਿਆ ਇਹ ਬੰਗਾਲੀ ਸ਼ੇਰ, ਗੰਗਾ ਦੇ ਡੈਲਟਾਈ ਖੇਤਰਾਂ ਦੇ ਵਿੱਚ ਇਹ ਸ਼ੇਰ ਆ ਜਿਹੜਾ ਪਾਇਆ ਜਾਂਦਾ ਹੈ, ਗੰਗਾ ਦੇ ਡੈਲਟਾਈ ਖੇਤਰਾਂ ਦੇ ਵਿੱਚ ਇਹ ਜਿਹੜਾ ਸ਼ੇਰ ਪਾਇਆ ਜਾਂਦਾ ਹੈ, ਜਿੱਥੇ ਜ਼ਿਆਦਾਤਰ ਕੀ ਹੁੰਦੇ ਨੇ, ਸੁੰਦਰੀ ਦਰਖਤ ਪਾਏ ਜਾਂਦੇ ਨੇ। ਸੁੰਦਰੀ ਦਰਖਤ ਤੁਹਾਨੂੰ ਰਾਤ ਵੀ ਦੱਸਿਆ ਸੀ, ਸੁੰਦਰੀ ਦਰਖਤ ਕਿਹੜੇ ਹੁੰਦੇ ਨੇ, ਡੈਲਟਾਈ ਖੇਤਰਾਂ ਦੇ ਵਿੱਚ ਸੁੰਦਰੀ ਦਰਖਤ ਜ਼ਿਆਦਾ ਪਾਇਆ, ਜਿਹਦੀ ਲੱਕੜ ਬਹੁਤ ਜ਼ਿਆਦਾ ਕੀਮਤੀ ਹੁੰਦੀ ਹੈ, ਜਿਹੜੇ ਕੀ ਕਰਦੇ ਨੇ ਮਿੱਟੀ ਨੂੰ ਬੰਨ ਕੇ ਰੱਖਦੇ ਨੇ। ਬੰਗਾਲੀ ਸ਼ੇਰ ਗੰਗਾ ਦੇ ਡੈਲਟਾਈ ਖੇਤਰਾਂ ਵਿੱਚ ਹੀ ਪਾਇਆ ਜਾਂਦਾ ਹੈ। ਉਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਹਿਰਨ ਦੀ, ਹਿਰਨ ਦੀਆਂ ਜਿਹੜੀਆਂ ਕਿਸਮਾਂ ਨੇ, ਦੇਖੋ ਜੀ, ਇੱਕ ਕਾਲਾ ਹਿਰਨ, ਕਸ਼ਮੀਰੀ ਹਿਰਨ, ਕਸ਼ਮੀਰੀ ਬਾਰਾਂ ਸਿੰਘਾ, ਕਸਤੂਰੀ ਮਿਰਗ, ਮੁਸ਼ਕ ਮਿਰਗ, ਚਿੱਤੀਦਾਰ ਮਿਰਗ। ਦੇਖੋ ਜੀ, ਕਾਲਾ ਹਿਰਨ, ਕਸ਼ਮੀਰੀ ਹਿਰਨ, ਕਸ਼ਮੀਰੀ ਬਾਰਾਂ ਸਿੰਘਾ, ਕਸਤੂਰੀ ਮਿਰਗ, ਮੁਸ਼ਕ ਮਿਰਗ, ਚਿੱਤੀਦਾਰ ਮਿਰਗ, ਇਹ ਸਭ ਖੇਤਰਾਂ ਦੇ ਵਿੱਚ ਪਾਏ ਜਾਂਦੇ ਨੇ, ਇਹ ਕੋਈ ਸੈਪਰੇਟ ਥਾਂ ਨਹੀਂ ਹੈਗੀ। ਦੇਖੋ ਜੀ, ਜਿਵੇਂ ਆਪਾਂ ਡਿਸਕਵਰੀ ਚੈਨਲ 'ਤੇ ਵੀ ਦੇਖਦੇ ਹਾਂ ਕਿ ਜਿੱਥੇ ਸ਼ੇਰ ਹੋਊਗਾ ਉੱਥੇ ਹਿਰਨ ਵੀ ਹੋਊਗਾ ਹੀ ਹੋਊਗਾ, ਇਹ ਕੋਈ ਐਂ ਨਹੀਂ ਹੈਗੀ ਸੈਪਰੇਟ ਥਾਂ ਨਹੀਂ ਹੈਗੀ ਕਿ ਹਿਰਨ ਇਕੱਲੀ ਇੱਕ ਥਾਂ 'ਤੇ ਹੀ ਪਾਇਆ ਜਾਊਗਾ, ਜਿੱਥੇ ਜਿੱਥੇ ਵੀ ਜੰਗਲ ਨੇ ਹਿਰਨ ਹਰ ਇੱਕ ਥਾਂ 'ਤੇ ਪਾਇਆ ਜਾਂਦਾ ਹੈ। ਨੈਕਸਟ, ਬਿੱਲੀ ਦੀ ਪ੍ਰਜਾਤੀ, ਬਿੱਲੀ ਦੀ ਪ੍ਰਜਾਤੀ ਦੇ ਵਿੱਚ ਦੇਖੋ ਜੀ ਕਿਹੜੇ ਕਿਹੜੇ ਆ ਗਏ, ਤੇਂਦੂਆ ਆ ਗਿਆ, ਤੇਂਦੂਆ ਜਿਹੜਾ ਸਭ ਤੋਂ ਜ਼ਿਆਦਾ ਤੇਜ਼ ਦੌੜਨ ਵਾਲਾ ਜਾਨਵਰ ਹੈਗਾ, ਸਭ ਤੋਂ ਜ਼ਿਆਦਾ ਤੇਜ਼ ਦੌੜਨ ਵਾਲਾ, ਇਹ ਕੇਵਲ ਹਿਮਾਲਿਆ ਦੇ ਉੱਚ ਖੇਤਰਾਂ ਵਿੱਚ ਮਿਲਦੇ ਹਨ, ਹਿਮਾਲਿਆ ਦੇ ਉੱਚੇ ਖੇਤਰਾਂ ਵਿੱਚ ਮਿਲਦੇ ਹਨ, ਜਿਵੇਂ ਤੇਂਦੂਆ ਹੋ ਗਿਆ, ਲਮਚਿੱਤਾ ਹੋ ਗਿਆ, ਇਹਨਾਂ ਦੀ ਵੀ ਦੋ ਹੋ ਗਈ ਨਾ, ਲਮਚਿੱਤਾ ਮਤਲਬ ਇੱਕ ਇਹਦਾ ਹੋਰ ਨਾਮ ਲਿਆ ਜਾਂਦਾ ਲਮਚਿੱਤੇ ਤੋਂ ਇਲਾਵਾ, ਲੱਕੜ ਬੱਗਾ, ਲੱਕੜ ਬੱਗਾ ਉਹ ਚੀਜ਼ ਹੋ ਗਈ। ਨੈਕਸਟ, ਭੇਡ ਅਤੇ ਬੱਕਰੀਆਂ, ਜਿਹੜੇ ਪਹਾੜੀ ਭੇਡ ਬੱਕਰੀਆਂ ਹੁੰਦੀਆਂ ਉਹਨਾਂ ਦੀ ਗੱਲ ਕਰ ਰਹੇ ਆਪਾਂ, ਹਿਮਾਲਿਆ ਦੇ ਪੂਰਵੀ ਸ਼੍ਰੇਣੀਆਂ ਵਿੱਚ ਪਾਈਆਂ ਜਾਂਦੀਆਂ ਹਨ, ਇਹ ਹਿਮਾਲਿਆ ਦੇ ਪੂਰਵੀ ਭਾਗਾਂ ਵਿੱਚ ਪਾਈਆਂ ਜਾਂਦੀਆਂ ਹਨ, ਪਹਾੜੀ ਬੱਕਰੀਆਂ
ਇਹਦੀ ਆਪਾਂ ਪ੍ਰਜਾਤੀਆਂ ਦੀ ਗੱਲ ਕਰੀਏ, ਪਹਾੜੀ ਬੱਕਰੀ ਦੇ ਵਿੱਚ ਇੱਕ ਸਿੰਗ ਵਾਲੀ ਬੱਕਰੀ, ਇੱਕ ਸਿੰਗ ਵਾਲੀ ਬੱਕਰੀ ਹੈ ਜਿਹੜੀ ਹਿਮਾਲਿਆ ਦੇ ਪੂਰਬੀ ਖੇਤਰਾਂ ਵਿੱਚ ਪਾਈ ਜਾਂਦੀ, ਅਤੇ ਹੋਰ ਵੀ ਆਕਰਸ਼ਕ ਜੰਤੂ ਜੀਵ ਜੰਤੂ। ਇਸ ਤੋਂ ਇਲਾਵਾ ਦੇਖੋ ਜੀ, ਇੱਥੇ ਬਹੁਤ ਇੰਪੋਰਟੈਂਟ ਗੱਲ ਕਰ ਰਹੇ ਹਾਂ ਆਪਾਂ, ਜਿਵੇਂ ਆਪਾਂ ਨੂੰ ਪਤਾ ਹੀ ਕਿ ਅੱਜ ਕੱਲ੍ਹ ਕੀ ਹੋ ਰਿਹਾ, ਜੰਗਲੀ ਜਾਨਵਰਾਂ ਦਾ ਬਹੁਤ ਜ਼ਿਆਦਾ ਸ਼ਿਕਾਰ ਕੀਤਾ ਜਾਂਦਾ, ਅਤੇ ਜੰਗਲਾਂ ਦੀ ਕੀ ਹੁੰਦੀ ਹੈ, ਕਟਾਈ ਕੀਤੀ ਜਾਂਦੀ ਹੈ। ਜਦੋਂ ਜੰਗਲਾਂ ਦੀ ਕਟਾਈ ਕੀਤੀ ਜਾਂਦੀ ਤਾਂ ਜੰਗਲੀ ਜਾਨਵਰਾਂ ਵਾਸਤੇ ਰਹਿਣ ਲਈ ਕੋਈ ਥਾਂ ਨਹੀਂ ਹੁੰਦਾ, ਕਿਉਂਕਿ ਜਿਹੜੇ ਜੰਗਲ ਨੇਗੇ ਉਹੀ ਜੰਗਲੀ ਜਾਨਵਰਾਂ ਦੇ ਕੀ ਨੇ, ਘਰ ਮੰਨੇ ਗਏ ਨੇ। ਹੁਣ ਉਹਨਾਂ ਦੇ ਆਪਣੇ ਵਰਗੇ ਤਾਂ ਘਰ ਹੈ ਨਹੀਂ, ਵੀ ਉਹ ਰਹਿ ਲੈਣਗੇ ਉੱਥੇ, ਜੰਗਲ ਨੇ ਜਿਹੜੇ ਜੰਗਲੀ ਜਾਨਵਰਾਂ ਦੇ ਉਹੀ ਘਰ ਨੇਗੇ। ਜਦੋਂ ਇਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਦੀ ਜੰਗਲਾਂ ਦੀ ਕਟਾਈ ਹੋ ਰਹੀ ਹੈ, ਜਾਂ ਇਹਨਾਂ ਦੀ ਜੀਵ ਜੰਤੂਆਂ ਦੀ ਮਾਰਾਮਾਰੀ ਹੋ ਰਹੀ ਹੈ, ਤਾਂ ਇਹਨਾਂ ਵਾਸਤੇ ਸਰਕਾਰ ਦੇ ਦੁਆਰਾ ਜੰਗਲੀ ਜੀਵਾਂ ਦੀ ਸੰਭਾਲ ਲਈ ਰਾਖਵੇਂ ਸਥਾਨ ਬਣਾਏ ਗਏ ਨੇ, ਜਿੱਥੇ ਇਹਨਾਂ ਨੂੰ ਜੰਗਲਾਂ ਵਰਗਾ ਹੀ ਜਿਹੜਾ ਆਪਾਂ ਕਹਿ ਸਕਦੇ ਸਥਾਨ ਜਾਂ ਇਨਵਾਇਰਮੈਂਟ ਮੁਹੱਈਆ ਕਰਵਾਇਆ ਜਾਂਦਾ ਜਿੱਥੇ ਇਹ ਰਹਿ ਰਹੇ ਨੇ। ਹੁਣ ਦੇਖੋ ਆਪਾਂ ਗੱਲ ਕਰ ਰਹੇ ਜਿਵੇਂ ਉੱਤਰਾਖੰਡ ਦੇ ਵਿੱਚ ਕਿਹੜਾ ਹੋ ਗਿਆ, ਨੰਦਾ ਦੇਵੀ। ਉੱਤਰਾਖੰਡ ਦੇ ਵਿੱਚ ਜਿਹੜਾ ਨੰਦਾ ਦੇਵੀ ਹੈ, ਜੰਗਲੀ ਜੀਵਾਂ ਦੀ ਸੰਭਾਲ ਵਾਸਤੇ ਇੱਕ ਸਥਾਨ ਬਣਾਇਆ ਗਿਆ, ਇਹਨਾਂ ਨੂੰ ਨਾਮ ਦਿੱਤਾ ਗਿਆ ਜੰਗਲਾਂ ਨੂੰ। ਉੱਤਰਾਖੰਡ ਦੇ ਵਿੱਚ ਨੰਦਾ ਦੇਵੀ, ਅਸਾਮ ਦੇ ਵਿੱਚ ਕਾਜੀਰੰਗਾ, ਅਸਾਮ ਦੇ ਵਿੱਚ ਕਾਜੀਰੰਗਾ, ਮੱਧ ਪ੍ਰਦੇਸ਼ ਦੇ ਵਿੱਚ ਕਾਨ੍ਹਾ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਾਮ ਧੱਪਾ, ਗੁਜਰਾਤ ਦੇ ਵਿੱਚ ਕੱਛ ਦੀ ਖਾੜੀ ਹੈ, ਰਾਣਾ ਆਫ ਕੱਛ, ਤਾਮਿਲਨਾਡੂ, ਕੇਰਲ ਅਤੇ ਕਰਨਾਟਕ, ਤਾਮਿਲਨਾਡੂ, ਕੇਰਲ ਅਤੇ ਕਰਨਾਟਕ, ਇਹਨਾਂ ਤਿੰਨਾਂ ਦੇ ਵਿੱਚ ਕਿਹੜਾ ਹੋ ਗਿਆ, ਨੀਲਗਿਰੀ। ਮੈਂ ਤੁਹਾਨੂੰ ਮੇਨ ਮੇਨ ਕਰਵਾਈ ਨਹੀਂ, ਦੇਖੋ ਜਿਹੜੇ 6 ਹੋ ਗਏ ਕਿ ਜੰਗਲੀ ਜੀਵਾਂ ਦੀ ਸੰਭਾਲ ਲਈ ਜਿਹੜੇ ਰਾਖਵੇਂ ਸਥਾਨ ਨੇ ਉਹ ਸਰਕਾਰ ਦੇ ਦੁਆਰਾ ਬਣਾਏ ਗਏ ਨੇ, ਤਾਂ ਕਿ ਜਿਹੜੇ ਜੰਗਲੀ ਜੀਵਾਂ ਦੀ ਸੰਭਾਲ ਕੀਤੀ ਜਾ ਸਕੇ। ਜਿਵੇਂ ਕਿ ਅੱਜ ਕੱਲ੍ਹ ਜੰਗਲੀ ਜੀਵਾਂ ਦੀ ਜ਼ਿਆਦਾ ਮਾਰਾਮਾਰੀ ਕਰਕੇ ਕੀ ਹੋ ਰਹੇ ਨੇ, ਜੰਗਲੀ ਜਾਨਵਰ ਅਲੋਪ ਹੋ ਰਹੇ ਨੇ, ਕਈ ਪ੍ਰਜਾਤੀਆਂ ਜਿਹੜੇ ਬਿਲਕੁਲ ਵੀ ਦੇਖਣ ਨੂੰ ਨਹੀਂ ਮਿਲ ਰਹੀਆਂ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਹੀ ਅਲੋਪ ਹੋ ਜਾਣਗੀਆਂ, ਉਹਨਾਂ ਦੀ ਸੰਭਾਲ ਵਾਸਤੇ ਹੀ ਸਰਕਾਰ ਨੇ ਜ਼ਰੂਰੀ ਕਦਮ ਚੁੱਕੇ ਨੇ। ਸੋ ਥੈਂਕ ਯੂ, ਆਸ ਕਰਦੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਪਸੰਦ ਹੋਊ, ਸੋ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਨੈਕਸਟ ਟੌਪਿਕ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੇ ਵਾਸਤੇ ਲੈ ਕੇ ਆਵਾਂਗੇ, ਜਿਵੇਂ ਇਸੇ ਦੇ ਹੀ ਟੌਪਿਕ ਦੇ ਵਿੱਚ ਮਿੱਟੀ ਵਾਲਾ ਇੱਕ ਟੌਪਿਕ ਰਹਿ ਗਿਆ, ਟੌਪਿਕ ਇੱਕੋ ਹੀ, ਇਸ ਨੂੰ ਅਸੀਂ 3 ਭਾਗਾਂ ਦੇ ਵਿੱਚ ਪ੍ਰੋਵਾਈਡ ਕਰਵਾਤਾ ਤੁਹਾਨੂੰ। ਕੱਲ੍ਹ ਨੂੰ ਮਿਲਦੇ ਹਾਂ ਜੀ ਨੈਕਸਟ ਟੌਪਿਕ ਦੇ ਨਾਲ, ਸੋ ਥੈਂਕ ਯੂ।